ਨਮਸਕਾਰ ਜੀ ਮੇਰਾ ਨਾਮ ਜਸ਼ਪੀਰ ਸਿੰਘ ਹੈ ਜੀ ਪਿਤਾ ਦਾ ਨਾਮ ਸੁਦੇਵ ਸਿੰਘ ਹੈ ਜੀ ਪਿੰਡ ਰਾਇਪਰਾਏ ਤੇ ਡਿਸਟ੍ਰਿਕਟ ਮਾਨਸਾ ਜੀ ਤਹਿਸੀਲ ਸਰੂਗੜਾ ਜੀ ਬਲਾਕ ਚ ਨਹੀਂ ਰਹਿ ਜੀ ਤੇ ਮੈਂ 10 ਸਾਲ ਦਾ ਖੇਤੀ ਕਰ ਰਿਹਾ ਹਾਂ ਜੀ ਇਸ ਸਾਲ ਮੈਂ ਲੇਜ਼ਰ ਲੈਵਲ ਲਿਖਾਈ ਜਾਗਤੀਤ ਕੰਪਨੀ ਨਾਲ ਜੀ ਇਹ ਬਹੁਤ ਵਧੀਆ ਚੱਲ ਰਿਹਾ ਜੀ ਜ਼ਮੀਨ ਕੋ ਇੱਕ ਸਰ ਵਧੀਆ ਪੱਧਰ ਕਰ ਰਹੀ ਹੈ ਕੋਈ ਵੀ ਪਰੇਸ਼ਾਨੀ ਨਹੀਂ ਇਸ ਨੂੰ ਚਲਾਉਣ ਦੀ ਬਹੁਤ ਵਧੀਆ ਚੱਲ ਰਿਹਾ ਹੈ ਜੀ ਇਹਨੂੰ ਮੈਂ 500 ਘੰਟਾ ਚਲਾਤਾ ਜੀ ਮੈਨੂੰ 500 ਘੰਟਾ ਚਲਾਉਣ ਚ ਇਸ ਨੂੰ ਕੋਈ ਵੀ ਦਿੱਕਤ ਨਹੀਂ ਆਈ ਬਹੁਤ ਵਧੀਆ ਚੱਲਿਆ ਜੀ ਜਿੰਨੇ ਵੀ ਮੈਂ ਮੇਰੇ ਗਾਹਕਾਂ ਕਾਈ ਖੇਤ ਪੱਧਰ ਕਰਾਈ ਕਿਸੇ ਕੀ ਕੋਈ ਮੈਨੂੰ ਕੋਈ ਪਰੇਸ਼ਾਨੀ ਨਹੀਂ ਆਈ ਕਿਸੇ ਨੇ ਵੀ ਕਿਹਾ ਵੀ ਮੇਰਾ ਉਚਾ ਨੀਵਾ ਖੇਤ ਹੋ ਗਿਆ ਜੀ ਸਭੀ ਕਾ ਹੀ ਲੈਵਲ ਸਹੀ ਨਿਕਲ ਆਈ ਇਸਨੇ ਤੇ ਪਾਣੀ ਲਗਾਉਣ ਟਾਈਮ ਵੀ ਕਿਸੇ ਕਾ ਕੋਈ ਉਹ ਨਹੀਂ ਜੀ ਦਿੱਕਤ ਨਹੀਂ ਆਈ ਇਸ ਕਰਾ ਦੇ ਉੱਪਰ ਜੀ ਟਰੈਕਟਰ ਬਹੁਤ ਘੱਟ ਲੋਡ ਲੈਂਦਾ ਜੀ ਡੀਜ਼ਲ ਖਰਚਾ ਬਹੁਤ ਘੱਟ ਹੈ ਜੀ ਦੂਸਰੇ ਕਰਹਨੋਂ ਜੀ ਦਾ ਤੇ ਚਲਾਣੇ ਮੇ ਕੋਈ ਪਰੇਸ਼ਾਨੀ ਨਹੀਂ ਆਤੀ ਜੀ ਦਿਨ ਮੇ ਜਾਂ ਰਾਤ ਕੋ ਕੋਈ ਰੇਂਜ ਨਹੀਂ ਛੱਡਦਾ ਜੀ ਇਹ ਬਹੁਤ ਵਧੀਆ ਚੱਲਦਾ ਜੀ ਹੋਰ ਗ੍ਰਾਹਾਂ ਦੀ ਇਹ ਰੇਂਜ ਨਹੀਂ ਪਕੜਦਾ ਜੀ ਇਹ ਕੋਲੇ ਚੱਲੀ ਜਾਂਦਾ ਜੀ ਉਹਦੀ ਨਹੀਂ ਕਿਤੇ ਕੋਈ ਪਰੇਸ਼ਾਨੀ ਆਈ ਜੀ ਸਾਨੂੰ ਮੈਨੂੰ ਇਸ ਵਿੱਚ ਚਲਾਉਣ ਵਿੱਚ ਕੋਈ ਸਮੱਸਿਆ ਨਹੀਂ ਆਈ ਜੀ ਜੇ ਕੋਈ ਸਮੱਸਿਆ ਆਈ ਤਾਂ ਡੀਲਰ ਨਾਲ ਫੋਨ ਕਰਕੇ ਜੀ ਤੁਰੰਤੋ ਆ ਆਦਮੀ ਨੂੰ ਭਜਾ ਦਿੰਦਾ ਸੀ ਜੀ 1 ਘੰਟੇ ਦੇ ਅੰਦਰ ਅ ਆਦਮੀ ਪਹੁੰਚ ਜਾਂਦਾ ਸੀ ਜੀ ਉਸਨੇ ਸਾਨੂੰ ਬਹੁਤ ਆਸਾਸ਼ ਦਿੱਤਾ ਜੀ 5 ਸਾਲ ਪਹਿਲੇ ਜੀ ਮੇਰੇ ਕੋਲੇ ਤੂੜੀ ਵਾਲਾ ਰੀਪਰ ਸੀ ਜਤ ਜੀਤ ਕੰਪਨੀ ਦਾ ਜੀ ਉਹ ਬਹੁਤ ਵਧੀਆ ਚੱਲਦਾ ਸੀ ਤੇ ਡੀਜ਼ਲ ਖਰਚਾ ਵੀ ਉਸਕਾ ਬਹੁਤ ਘੱਟ ਥਾ ਜੀ ਟਰਾਲੀ 'ਚ 400 6400 ਟਰਾਲੀ ਬਣਾ ਦਿੱਤਾ ਥਾ ਜੀ ਭਾਵੇਂ 20 25 ਮਿੰਟ 'ਚ ਟਰਾਲੀ ਭਰ ਦਿੰਦੇ ਆ ਜੀ ਤੇ ਉਸਦਾ ਲੰਗਾ ਹੀਠੋਂ ਕਟਾਈ ਵੀ ਬਹੁਤ ਵਧੀਆ ਸੀ ਜੀ ਤੇ ਤੂੜੀ ਬਣਾਉਣ ਵੀ ਬਹੁਤ ਵਧੀਆ ਸੀ ਜੋ ਗਾਹਕ ਸੀ ਉਸਕੋ ਪਸੰਦ ਕਰਦੇ ਥੇ ਵੀ ਅੱਛੀ ਤੂੜੀ ਬਣਾਤਾ ਸੀ ਨੀਚੇ ਛੇ ਕਟਾਈ ਬਹੁਤ ਵਧੀਆ ਕਰਦਾ ਥਾ ਜੀ ਕਿਸਾਨਾਂ ਨੂੰ ਅੱਗ ਵੀ ਨਹੀਂ ਲਗਾਉਣੀ ਪੈਂਦੀ ਸੀ ਜਗਤਜੀਤ ਰਿਪਰੇ ਜੀ ਤੇ ਉਸਕੀ ਬਿਜਾਈ ਕਰਨ ਵੇਲੇ ਕੋਈ ਵੀ ਪਰੇਸ਼ਾਨੀ ਨਹੀਂ ਆਤੀ ਸੀ ਤੇ ਜੋ ਇਹ ਇੰਦਰ ਟੋਕੜੀਆਂ ਹੁੰਦੀਆਂ ਜੀ ਉਸकी ਵੀ ਵਧੀਆ ਸੌਦਾ ਜੀ ਜੋ ਇੱਕ ਟੋਕੜੀ ਨੂੰ ਖੋਲਦੇ ਆਂ ਇਹ ਦੋ ਖੁੱਲ ਜਾਂਦੀਆਂ ਜੀ ਹੋਰ ਹਰ ਇੱਕ ਰੀਪਰ ਦੇ ਇੱਕ ਇੱਕ ਟੋਕੜੀ ਖੁੱਲਦੀ ਹੈ ਜੀ ਮੈਂ ਜਗਤਜੀਤ ਕੰਪਨੀ ਦਾ ਜੀ ਲੇਜ਼ਰ ਲੇਬਲ ਵੀ ਚਲਾਇਆ ਤੇ ਟੂੜੀ ਵਾਲੀ ਮਸ਼ੀਨ ਵੀ ਚਲਾਈ ਜੀ ਮੈਨੂੰ ਦੋਨਾਂ ਵਿੱਚ ਕਿਸੇ ਵਿੱਚ ਕੋਈ ਦਿੱਕਤ ਨਹੀਂ ਆਈ ਜੀ ਦੋਨੇ ਮੈਨੂੰ ਬਹੁਤ ਵਧੀਆ ਲੱਗੇ ਜੀ ਜੋ ਮੇਰੇ ਕਿਸੇ ਵੀਰ ਭਾਈ ਨੇ ਸੰਦ ਕੋਈ ਲੈਣਾ ਵੀ ਹੋਵੇ ਤਾਂ ਜਗਤਜੀਤ ਕੰਪਨੀ ਦਾ ਲੈਵੇ ਜੀ ਬਹੁਤ ਵਧੀਆ ਸੰਦ ਆਈ ਇਹ థాంక్స్